ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਹੁਣ ਪਾਰਟੀ ਦੇ ਵਰਕਰਾਂ ਨੂੰ ਮਿਲਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਮਿਰਚਾਂ ਲੱਗੀਆਂ ਹੋਈਆਂ ਨੇ, ਲੇਕਿਨ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਹੈਗਾ ਕਿ ਉਹ ਹਫ਼ਤੇ ਦੇ ਵਿੱਚ ਆਪਣੇ ਵਰਕਰਾਂ ਨੂੰ ਮਿਲਿਆ ਕਰਨਗੇ, ਉਹ ਤਰੀਕ ਦੱਸਿਆ ਕਰਨਗੇ। ਉਹ ਮੁਲਾਕਾਤ ਪਟਿਆਲੇ ਵੀ ਹੋਇਆ ਕਰੇਗੀ, ਉਹ ਮੁਲਾਕਾਤ ਅੰਮ੍ਰਿਤਸਰ 'ਚ ਵੀ ਹੋਇਆ ਕਰੇਗੀ ਅਤੇ ਮੁਲਾਕਾਤ ਕਿਸੇ ਪੰਜਾਬ ਦੇ ਹੋਰ ਕੋਨੇ 'ਚ ਵੀ ਹੋਇਆ ਕਰੇਗੀ। ਅਸਲ 'ਚ ਨਵਜੋਤ ਸਿੰਘ ਸਿੱਧੂ ਨੇ ਜਦੋਂ ਦਾ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਵਿਖੇ ਇੱਕ ਰੈਲੀ ਕੀਤੀ ਸੀ, ਉਸ ਰੈਲੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੇ ਇਹ ਕਹਿ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਦੇ ਵਿੱਚ ਨਵਾਂ ਅਖਾੜਾ ਨਹੀਂ ਲਾਉਣਾ ਚਾਹੀਦਾ ਹੈਗਾ, ਕਾਂਗਰਸ ਪਾਰਟੀ ਦੇ ਅਖਾੜੇ ਦੇ ਵਿੱਚ ਆ ਕੇ ਹੀ ਉਹ ਸਰਕਾਰ ਨੂੰ ਘੇਰ ਸਕਦੇ ਨੇ। ਲੇਕਿਨ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦਾ ਸਿਲਸਿਲਾ ਲਗਾਤਾਰ ਸ਼ੁਰੂ ਜਿਹੜਾ ਹੋਇਆ ਸੀ ਉਹ ਕਾਫਲਾ ਵੱਧਦਾ ਜਾ ਰਿਹਾ, ਕਿਉਂਕਿ ਮਹਿਰਾਜ ਤੋਂ ਬਾਅਦ ਭਲਕੇ ਸਵੇਰੇ ਜਿਹੜਾ ਕੋਟ ਸ਼ਮੀਰ ਜਿਹੜਾ ਬਠਿੰਡਾ ਦਿਹਾਤੀ ਦਾ ਇੱਕ ਪਿੰਡ ਆ, ਉੱਥੋਂ ਦੇ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ 2022 'ਚ ਉਮੀਦਵਾਰ ਰਹਿ ਚੁੱਕੇ ਸੀ ਹਰਵਿੰਦਰ ਸਿੰਘ ਲਾਡੀ, ਉਹਨਾਂ ਵੱਲੋਂ ਰੈਲੀ ਕਰਵਾਈ ਜਾ ਰਹੀ ਹੈ। ਹਾਲਾਂਕਿ ਬਠਿੰਡਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਖੁਸ਼ਬਾਜ ਸਿੰਘ ਜਟਾਣਾ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਹਰਵਿੰਦਰ ਸਿੰਘ ਲਾਡੀ ਹੁਣਾਂ ਨੂੰ ਕੱਢਿਆ ਗਿਆ ਪਾਰਟੀ 'ਚੋਂ, ਲੇਕਿਨ ਭਲਕੇ ਜਿਹੜੀ ਰੈਲੀ ਉਹ ਬਠਿੰਡੇ 'ਚ ਹੋਏਗੀ ਔਰ 9 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਰੈਲੀ ਕਰ ਰਿਹਾ। ਮਤਲਬ ਕਾਂਗਰਸ ਪਾਰਟੀ ਦੇ ਉਹ ਲੀਡਰ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਕਰ ਰਹੇ ਨੇ ਕਿ ਪੰਜਾਬ ਦੀ ਗੱਲ ਨਵਜੋਤ ਸਿੰਘ ਸਿੱਧੂ ਹੀ ਕਰ ਰਿਹਾ, ਇਸ ਕਰਕੇ ਉਹਨਾਂ ਦੇ ਪ੍ਰੋਗਰਾਮ ਹੀ ਕਰਵਾਉਣੇ ਜਾਇਜ਼ ਰਹਿਣਗੇ, ਕਿਉਂਕਿ ਬਾਕੀ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਸ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ। ਲੇਕਿਨ ਹੁਣ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜਿਹੜਾ ਮੈਸੇਜ ਪਾਇਆ ਉਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਵਿੱਚ ਹਿਲਜੁਲ ਹੋਰ ਵੱਧ ਗਈ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਕਿ ਉਹ ਹੁਣ ਪਾਰਟੀ ਦੇ ਵਰਕਰਾਂ ਦੇ ਨਾਲ ਹਫ਼ਤਾਵਾਰੀ ਮੁਲਾਕਾਤ ਕਰਿਆ ਕਰਨਗੇ, ਮੀਟਿੰਗ ਕਰਿਆ ਕਰਨਗੇ, ਦੁੱਖ ਸੁੱਖ ਸੁਣਿਆ ਕਰਨਗੇ ਅਤੇ ਅਗਲੀ ਰਣਨੀਤੀ ਵੀ ਤੈਅ ਕਰਨਗੇ, ਜਿਸ ਕਰਕੇ ਹੁਣ ਨਵਜੋਤ ਸਿੰਘ ਸਿੱਧੂ ਦੀ ਇਸ ਸਿਆਸੀ ਹਲਚਲ ਤੋਂ ਬਾਅਦ ਕਾਂਗਰਸ ਪਾਰਟੀ ਫਿਰ ਇਸ ਮਸਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਘੇਰ ਸਕਦੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਫ਼ਤੇ ਦੇ ਵਿੱਚ ਇੱਕ ਵਾਰ ਉਹ ਜ਼ਰੂਰ ਪਾਰਟੀ ਦੇ ਵਰਕਰਾਂ ਜਾਂ ਆਮ ਲੋਕਾਂ ਨੂੰ ਮਿਲਿਆ ਕਰਨਗੇ। ਉਹਨਾਂ ਜਿਹੜਾ ਅਕਾਊਂਟ ਜਿਹੜਾ ਟਵਿੱਟਰ ਅਕਾਊਂਟ ਐਕਸ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ, ਉਹਦੇ 'ਚ ਉਹਨਾਂ ਨੇ ਲਿਖਿਆ ਕਿ ਉਹ ਰੈਗੂਲਰ ਰਹੀ ਪਾਰਟੀ ਵਰਕਰਾਂ ਦੇ ਨਾਲ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ, ਜਦੋਂ ਉਹਨਾਂ ਕਿਹਾ ਕਿ ਹਰ ਹਫ਼ਤੇ ਕਿਸ ਤਰੀਕ ਨੂੰ ਮਿਲਿਆ ਕਰਨਗੇ, ਉਹ ਜਿਹੜੀ ਤਰੀਕ ਆ ਉਹ ਐਡਵਾਂਸ ਦੱਸੀ ਜਾਊਗੀ। ਉਹਨਾਂ ਕਿਹਾ ਕਿ ਇੱਕ ਵਾਰ ਮੇਰੀ ਧਰਮ ਪਤਨੀ ਜਿਹੜੀ, ਕਿਉਂਕਿ ਹਾਲ ਹੀ ਉਹ ਕੈਂਸਰ ਤੋਂ ਪੀੜਤ ਸੀ, ਉਹਨਾਂ ਦੀਆਂ ਸਾਰੇ ਇਲਾਜ ਹੋ ਚੁੱਕਾ, ਜਦੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣਗੇ ਉਸ ਤੋਂ ਬਾਅਦ ਉਹ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਨਗੇ, ਉਹ ਅੰਮ੍ਰਿਤਸਰ ਵੀ ਮੀਟਿੰਗਾਂ ਕਰਨਗੇ, ਕਿਉਂਕਿ ਜਦੋਂ ਉਹਨਾਂ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਪਹਿਲੀ ਵਾਰ ਲੜੀ ਸੀ ਤਾਂ ਉਹਨਾਂ ਕਿਹਾ ਸੀ ਕਿ ਪਟਿਆਲਾ ਮੇਰੀ ਜਨਮ ਭੂਮੀ ਆ ਅਤੇ ਅੰਮ੍ਰਿਤਸਰ ਮੇਰੀ ਕਰਮ ਭੂਮੀ ਆ, ਇਸ ਕਰਕੇ ਅੰਮ੍ਰਿਤਸਰ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣਗੇ। 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਚੋਣ ਹਾਰ ਗਏ ਸੀ, ਲੇਕਿਨ ਉਸ ਤੋਂ ਬਾਅਦ ਉਹ ਜਿਹੜੇ ਨੇ ਪਟਿਆਲੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ, ਲੇਕਿਨ ਹੁਣ ਲੋਕ ਸਭਾ ਸਿਰ 'ਤੇ ਆ ਚੁੱਕੀਆਂ ਨੇ ਅਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਸਿਆਸੀ ਸਰਗਰਮੀਆਂ ਦੇ ਵਿੱਚ ਵਾਧਾ ਕਰ ਦਿੱਤਾ। ਨਵਜੋਤ ਸਿੰਘ ਸਿੱਧੂ
ਇਹਨਾਂ ਨੇ ਸਿਲਸਿਲਾ ਸ਼ੁਰੂ ਕਰ ਦਿੱਤਾ, ਐਲਾਨ ਕਰ ਦਿੱਤਾ। ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਪ੍ਰਧਾਨ, ਉਹਨਾਂ ਜਿਹੜਾ ਲਿਖਿਆ ਹੈਗਾ ਸੋਸ਼ਲ ਮੀਡੀਆ 'ਤੇ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਗਲੇ ਹਫ਼ਤੇ ਤੋਂ ਰੈਗੂਲਰ ਲੋਕਾਂ ਦੇ ਨਾਲ ਮੁਲਾਕਾਤ ਹਫ਼ਤੇ 'ਚ ਇੱਕ ਦਿਨ ਕਰਿਆ ਕਰਨਗੇ। ਇਹ ਮੁਲਾਕਾਤ ਕਿੱਥੇ ਅਤੇ ਕਦੋਂ ਹੋਏਗੀ ਇਸ ਦੀ ਸੂਚਨਾ ਵੀ ਉਹ ਅਗਾਊਂ ਦਿਆ ਕਰਨਗੇ, ਐਡਵਾਂਸ ਦੱਸ ਦਿਆ ਕਰਨਗੇ। ਇਹਦੇ ਨਾਲ ਉਹ ਦੱਸਿਆ ਕਿ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਜਦੋਂ ਪੂਰੀ ਤਰ੍ਹਾਂ ਤੰਦਰੁਸਤ ਹੋਣਗੇ, ਉਹ ਫਿਰ ਅੰਮ੍ਰਿਤਸਰ ਤੋਂ ਵੀ ਆਪਣੇ ਸਮਰਥਕਾਂ ਦੇ ਨਾਲ, ਆਪਣੇ ਵਰਕਰਾਂ ਦੇ ਨਾਲ ਅਤੇ ਆਮ ਲੋਕਾਂ ਦੇ ਨਾਲ ਬੈਠ ਕੇ ਵਿਚਾਰ ਚਰਚਾ ਕਰਿਆ ਕਰਨਗੇ। ਨਵਜੋਤ ਸਿੰਘ ਸਿੱਧੂ, ਜਿਹਨਾਂ ਨੂੰ ਇੱਕ ਸਾਲ ਦੀ ਸਜ਼ਾ ਹੋਈ ਸੀ, ਰੋਡ ਕੇਸ ਜਿਹੜਾ ਬਹੁਤ ਪੁਰਾਣਾ ਕੇਸ ਸੀ, ਕਿਉਂਕਿ 1 ਅਪ੍ਰੈਲ 2023 ਨੂੰ ਉਹ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਸਰਗਰਮੀ ਘਟਾ ਦਿੱਤੀ ਸੀ, ਕਿਉਂਕਿ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੀ ਕੀਮੋਥੈਰੇਪੀ ਚੱਲ ਰਹੀ ਸੀ, ਔਰ ਪਿਛਲੇ ਮਹੀਨੇ ਉਹਨਾਂ ਦੇ ਬੇਟੇ ਕਰਨ ਸਿੰਘ ਸਿੱਧੂ ਦਾ ਵੀ ਵਿਆਹ ਹੋਇਆ ਸੀ। ਹੁਣ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਖੁੱਲ੍ਹ ਕੇ ਆ ਚੁੱਕੇ ਨੇ, ਔਰ ਉਹਨਾਂ ਨੇ ਹੁਣ ਫਿਰ ਕਹਿ ਦਿੱਤਾ ਕਿ ਉਹ ਵਰਕਰਾਂ ਦੇ ਨਾਲ ਮੁਲਾਕਾਤ ਕਰਿਆ ਕਰਨਗੇ। ਨਵਜੋਤ ਸਿੰਘ ਸਿੱਧੂ ਦੀਆਂ ਲਗਾਤਾਰ ਜਿਹੜੀਆਂ ਵਰਕਰਾਂ ਵੱਲੋਂ ਰੈਲੀਆਂ ਕਰਵਾਈਆਂ ਜਾ ਰਹੀਆਂ ਨਾ, ਉਹਨੂੰ ਲੈ ਕੇ ਜਿਹੜੀ ਕਾਂਗਰਸ ਪਾਰਟੀ ਦੀ ਇਸ ਟਾਈਮ ਦੀ ਲੀਡਰਸ਼ਿਪ ਆ, ਉਹ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਲੇਕਿਨ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੀ ਪਾਰਟੀ ਦੇ ਵਰਕਰਾਂ ਵੱਲੋਂ ਕਿਉਂ ਬੁਲਾਇਆ ਜਾ ਰਿਹਾ? ਇਹ ਸਭ ਤੋਂ ਵੱਡਾ ਸਵਾਲ। ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਪਾਰਟੀ ਮਾਮਲਿਆਂ ਦੇ ਜਿਹੜੇ ਨਵੇਂ ਇੰਚਾਰਜ ਨੇ ਦੁਪਿੰਦਰ ਯਾਦਵ, ਉਹ ਵੀ ਕਹਿ ਚੁੱਕੇ ਨੇ ਕਿ ਪਾਰਟੀ ਦੇ ਵਿੱਚ ਜਿਹੜਾ ਡਿਸਿਪਲਿਨ ਬਣਾ ਕੇ ਰੱਖਣਾ ਚਾਹੀਦਾ, ਅਨੁਸ਼ਾਸਨ ਭੰਗ ਨਹੀਂ ਹੋਣਾ ਚਾਹੀਦਾ। ਲੇਕਿਨ ਸਵਾਲ ਹੈ ਕਿ ਜਦ ਰੈਲੀਆਂ ਹੋ ਰਹੀਆਂ ਨੇ ਅਤੇ ਰੈਲੀ ਦੇ ਵਿੱਚ ਆਵਾਜ਼ ਕਾਂਗਰਸ ਪਾਰਟੀ ਦੀ ਗੱਲ ਹੋ ਰਹੀ ਹੈ, ਇਸ ਕਰਕੇ ਅਨੁਸ਼ਾਸਨ ਭੰਗ ਉਦੋਂ ਹੁੰਦਾ ਜਦੋਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਤੁਸੀਂ ਕੋਈ ਕਿੰਤੂ ਪਰੰਤੂ ਕਰੋ। ਲੇਕਿਨ ਫਿਲਹਾਲ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜੀਆਂ ਚਰਚਾ ਚੱਲ ਰਹੀ ਹੈ ਕਿ ਉਹਨਾਂ ਦੀ ਪਹਿਲਾਂ ਮਿਰਾਜ ਵਿੱਚ ਭਲਕੇ ਬਠਿੰਡਾ ਦੇ ਪਿੰਡ ਕੋਟ ਸ਼ਮੀਰ, ਅਤੇ ਫਿਰ 9 ਤਰੀਕ ਨੂੰ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਰੈਲੀ ਹੋ ਰਹੀ ਆ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਰਕਰਾਂ ਦੇ ਨਾਲ ਮੀਟਿੰਗਾਂ ਕਰਨ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਏਗਾ। ਉਹਦੇ 'ਚ ਕਾਂਗਰਸ ਪਾਰਟੀ ਨੂੰ ਕਿੰਨੀ ਮਜ਼ਬੂਤੀ ਮਿਲਦੀ ਹੈ, ਔਰ ਨਿੱਜੀ ਤੌਰ 'ਤੇ ਨਵਜੋਤ ਸਿੰਘ ਸਿੱਧੂ ਨੂੰ ਕਿੰਨੀ ਮਜ਼ਬੂਤੀ ਮਿਲਦੀ ਹੈ, ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਅਤੇ ਮੀਟਿੰਗਾਂ ਦੇ ਵਿੱਚ ਪੰਜਾਬ ਸਰਕਾਰ 'ਤੇ ਕੀ ਅਸਰ ਪੈਂਦਾ ਅਤੇ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ 'ਤੇ ਕੀ ਅਸਰ ਪਏਗਾ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਸਿਆਸੀ ਸ਼ਰੀਕ ਮੰਨਦੇ ਨੇ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।